ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰੇ ਹੀ ਵੀਰਾਂ ਦਾ ਬਹੁਤ ਬਹੁਤ ਸਵਾਗਤ ਹੈ ਜੀ ਤੁਹਾਡੇ ਆਪਦੇ YouTube ਚੈਨਲ ਪੀ ਵੀ ਨਰਤੀ ਡੈਰੀ ਫਾਰਮ ਤੇ ਤੇ ਸਾਰੇ ਹੀ ਵੀਰ ਜਿੰਨੇ ਵੀ ਆਪਣੇ ਚੈਨਲ ਤੇ ਨਵੇਂ ਆਏ ਨੇ ਸਬਸਕ੍ਰਾਈਬ ਕਰ ਲਓ ਆਪਾਂ ਤੁਹਾਡੇ ਲਈ ਜਿਹੜੀਆਂ ਵੀਡੀਓ ਸਝੋਟਿਆਂ ਦੀਆਂ ਲੈ ਕੇ ਆਉਂਦੇ ਰਹਿੰਨੇ ਆ ਤੇ ਅੱਜ ਜਿਹੜੀ ਆਪਾਂ ਵੀਡੀਓ ਲੈ ਕੇ ਆ ਚੁੱਕੇ ਹਾਂ ਜੀ ਲੰਡਾ ਬੋਲ ਜਿਹੜਾ ਨੀਲੀ ਰਾਵੀ ਦਾ ਹੁੰਦਾ ਜੀ ਉਹਦੇ ਉੱਪਰ ਅਲਬਖਸ਼ ਦਾ ਜਿਹੜਾ ਦਾਦਾ ਲੋਂਗੋ ਵਾਲਾ ਅਲਬਖਸ਼ਾ ਨੀਲੀ ਰਾਵੀ ਦਾ ਬਹੁਤ ਤਕੜਾ ਬਹੁਤ ਸੋਹਣਾ ਸਾਨ ਆ ਉਹਦਾ ਜੀ ਇਹ ਦਾਦਾ ਵਾ ਤੇ ਬਾਪ ਵਾਲੀ ਸਾਈਡ ਜੀ ਇਹਦੀ ਗੱਲ ਕਰੀਏ ਤਾਂ ਬਾਪ ਆ ਜਿਹੜਾ ਝੋਟੇ ਦਾ ਉਹ ਹੈਗਾ ਜੀ ਸੂਰਜ ਬਾਈ ਪੱਪੂ ਸੰਧੂ ਠੀਕ ਹੈ ਜੀ ਉਹਨਾਂ ਵਾਲਾ ਸੂਰਜ ਦਾ ਬੱਚਾ ਜੀ ਇਹ ਤੇ ਮਾਂ ਜਿਹੜੀ ਸੁਨਾਮ ਵਾਲੀ ਆ ਜੀ ਸੁਨਾਮ ਵਾਲੀ ਬਸਤੀ ਚ ਤੇ ਇੱਕ ਝੋਟੀ ਆ ਜਿਹੜੀ ਉਹ ਇਹਦੇ ਰਿਕਾਰਡ ਤਾਂ ਯਾਨੀ ਕਿ ਘਟੋ ਘਾਟ ਯਾਨੀ ਕਿ 19 ਕਿਲੋ ਦਾ ਪੇਲੇ ਸੂਏ ਦੁੱਤ ਦੇ ਰਹੀ ਆ ਇਹ ਇੱਕ ਰਿਕਾਰਡ ਵੀ ਆਪਾਂ ਨੂੰ ਯਾਨੀ ਕਿ ਬਾਈਆਂ ਨੇ ਦੱਸਿਆ ਸੀਗਾ ਸਨਾਮ ਵਾਲੀ ਬਸਤੀ ਆ ਜਿਹੜੀ ਉਹਨਾਂ ਕੋਲ ਹੀ ਆ ਜੀ ਇਹ ਝੋਟਾ ਜਿਹੜਾ ਇਸ ਟਾਈਮ ਸਨਾਮ ਵਾਲੀ ਬਸਤੀ ਆ ਜਿਹੜੀ ਉਹਨਾਂ ਦੇ ਕੋਲ ਹੀ ਝੋਟਾ ਵਾ ਬੱਚੇ ਪੂਰੇ ਪਯੌਰ ਨੀਲੀ ਰਾਵੀ ਦੇ ਵਿੱਚ ਆ ਰਹੇ ਨੇ ਲਗਭਗ ਯਾਨਕੀ ਆਪ ਦੇ ਉੱਤੇ ਵੀ ਲੈ ਕੇ ਜਾ ਰਿਹਾ ਸੀ ਤੇ ਥੋੜੇ ਬੋਤੇ ਯਾਨਕੀ ਮਾਂ ਦੇ ਜਿਹੜੇ ਚਲੋ ਕਰੈਕਟਰ ਆ ਜਾਂਦੇ ਕਈ ਵਾਰੀ ਬੱਚੇ ਦੇ ਵਿੱਚ ਤੇ ਮੇਨਲੀ ਯਾਨਕੀ ਆਪ ਦੇ ਦੇ ਉੱਤੇ ਬੱਚੇ ਲੈ ਕੇ ਜਾਂਦਾ ਜੀ ਬੱਚੇ ਬਹੁਤ ਸੋਹਣੇ ਆਏ ਹੋਏ ਨੇ ਜਿੰਨੇ ਵੀ ਬੱਚੇ ਨੇ ਬਹੁਤ ਹੀ ਜਿਆਦੇ ਸੋਹਣੇ ਆ ਤੇ ਸ਼ੱਕ ਵਾਲੀ ਯਾਨੀ ਕਿ ਕੋਈ ਗੱਲ ਨਹੀਂ ਹੈਗੀ ਬਾਕੀ ਵੇਖ ਸਕਦੇ ਹਾਂ ਬਾਕੀ ਹੁਣ ਕਾਫੀ ਏਜ ਹੋ ਗਈ ਬੁੱਢਾ ਕਾਫੀ ਹੋ ਗਿਆ ਇਹ ਤੇ ਹੁਣ ਯਾਨੀ ਕਿ ਆਪਾਂ ਜਿਹੜੀ ਗੱਲ ਕਰਨੀ ਆ ਕਮੈਂਟ ਆਈ ਸੀਗੀ ਆਪਾਂ ਨੂੰ ਕੁਝ ਬਾਈਆਂ ਦੇ ਪੁੱਛਿਆ ਸੀ ਉਹਨਾਂ ਨੇ ਵੀ ਐਚ ਐਫ ਗਾਂ ਜਿਹੜੀ ਕਿ ਕ੍ਰੋਸ ਬਰੀਡ ਹੁੰਦੀ ਹੁੰਦੀ ਆਪਣੀ ਉਦੇ ਵਿੱਚ ਜਾਨਕੀ ਆਪਾਂ ਜੀ ਜਰਸੀ ਦਾ ਟੀਕਾ ਧਰੋਨੇ ਜਾਂ ਸਾਹੀਵਾਲ ਦਾ ਧਰੋਨੇ ਆ ਵੀ ਬੱਚਾ ਪਿਓਰ ਦਊਗੀ ਕਿ ਨਾ ਵਿੱਚ ਪਹਿਲੇ ਸੂਏ ਉਹਨੇ ਪਿਓਰ ਨਹੀਂ ਦੇਣਾਗਾ ਠੀਕ ਹੈ ਜਿਹੜਾ ਬੱਚਾ ਤੁਹਾਡਾ ਆ ਗਿਆ ਜਾਨਕੀ 2 ਸਾਲ ਹੋਰ ਵੇਟ ਕਰਕੇ ਜਰੂਗਾ ਉਹਦੇ ਟੀਕਾ ਧਰਵੋਗੇ ਉਹਦੀ ਵੀ ਜਾਨਕੀ 70% ਉਮੀਦ ਆ ਕਿ ਉਹ ਬੱਚਾ ਜਿਹੜਾ ਪਿਓਰ ਦਵੇ ਜਾਨਕੀ ਲਗਭਗ ਜਾਨਕੀ ਜੇ ਬਰੀਡ ਬਣਾਉਣੀ ਆ ਤਾਂ ਭਾਈ ਜੀ ਘੱਟੋ ਘੱਟ 6-7 ਸਾਲ ਲੱਗ ਜਾਂਦੇ ਆ ਕ੍ਰਾਸ ਦੇ ਉੱਤੋਂ ਹੀ ਬਰੀਡ ਬਣਾਉਂਦੇ ਬਣਾਉਂਦੇ ਬੰਦੇ ਇਹਨੂੰ ਨਹੀਂ ਤਾਂ ਇੱਕ ਕੋਈ ਬੱੱਚੀ ਵਗੈਰਾ ਵੇਖ ਲਓ ਕਿਉਂ ਉਹ ਇੰਨਾ ਹੈਗਾ ਵੀ ਥੋੜਾ ਜਿਹਾ ਛੇਤੀ ਹੋ ਜਾਂਦਾ ਜੇ ਆਪਾਂ ਕਰਾਸ ਬਰੀਡ ਦੇ ਚੱਕਰ ਚ ਰਹਿੰਦੇ ਆ ਉਹ ਯਾਨੀ ਕਿ ਟਾਈਮ ਬਹੁਤ ਜ਼ਿਆਦਾ ਲਾਊਗਾ ਪਿਓਰਟੀ ਆਉਣ ਦੇ ਵਿੱਚ ਜੇ ਫੁੱਲ ਪਿਓਰ ਕਰਨੀ ਦਾ ਬਹੁਤ ਟਾਈਮ ਬਾਅਦ ਟਾਈਮ ਪਾ ਕੇ ਜਿਹੜਾ ਪਿਓਰਟੀ ਦੇ ਵਿੱਚ ਕੋਈ ਵੀ ਚੀਜ਼ ਆਉਂਦੀ ਹੁੰਦੀ ਹੈ ਤੇ ਪੂਰਾ ਭਾਈ ਜੀ ਵੇਖ ਸਕਦੇ ਹੋ ਜਿਹੜਾ ਇਹ ਝੋਟਾ ਵਾ ਬਹੁਤ ਯਾਰੀ ਸੋਨਾ ਸ਼ਾਨਦਾਰ ਕੁਆਲਟੀ ਦੇ ਵਿੱਚ ਸਿੰਗ ਵਗੈਰਾ ਜਿਹੜੇ ਪੂਰੇ ਵਧੀਆ ਨੇ ਪੂਰੀਆਂ ਨੀਲੀਆਂ ਅੱਖਾਂ ਨੇ ਤੇ ਬਾਕੀ ਮੱਥਾ ਪੂਰਾ ਬੱਲਾ ਮੂਰਲੇ ਪੈਰ ਜਿਹੜੇ ਉਹ ਚਿੱਟੇ ਨਹੀਂ ਹੈਗੇਗੇ ਇਹਦੇ ਮਗਰਲੇ ਪੈਰ ਚਿੱਟੇ ਨੇ ਤੇ ਇਹ ਲੱਗ-ਲੱਗ ਕੈਰੈਕਟਰ ਲੱਗ-ਲੱਗ ਆ ਜਾਂਦੇ ਹੁੰਦੇ ਆ ਵੀ ਕਿਸੇ 'ਚ ਕੋਈ ਕੈਰੈਕਟਰ ਆ ਜਾਂਦਾ ਨੀਲੀ ਰਾਵੀ ਦਾ ਕਿਸੇ 'ਚ ਕੋਈ ਆ ਜਾਂਦਾ ਕਿਸੇ ਦੇ ਮੂਰਲੇ ਪੈਰ ਚਿੱਟੇ ਹੁੰਦੇ ਆ ਕਿੰਗਾਂ ਨੇ ਨਹੀਂ ਚਿੱਟੇ ਹੁੰਦੇਗੇ ਸੋ ਉਹ ਕੋਈ ਬਾਲਾ ਵੱਡਾ ਯਾਨੀ ਕਿ ਆਪਾਂ ਕਹਿ ਦਈਏ ਵੀ ਕੰਮ ਨਹੀਂ ਹੁੰਦਾਗਾ ਵਿਪਯੋਰ ਵਾਲਾ ਹਨਾ ਠੀਕ ਹੈ ਜਿਹੜਾ ਨੀਲੀ ਰਾਵੀ ਆ ਉਹ ਨੀਲੀ ਰਾਵੀ ਬਾਈ ਜੀ ਮੜੀਆਂ ਜਾਨ ਕਿ ਉਹਨੀਆਂ ਅੱਖਾਂ ਵੀ ਨੀਲੀਆਂ ਆ ਗਈ ਉਹ ਵੀ ਨੀਲੀ ਰਾਵੀ ਦੇ ਵਿੱਚ ਹੀ ਆ ਜਾਂਦਾ ਤੇ ਓਵਰ ਜਿਹੜਾ ਵਾਈਟਨੈਸ ਵਾਲਾ ਚੱਕਰ ਹੁੰਦਾ ਠੀਕ ਆ ਵੀ ਬਾਹਲਾ ਜਿਵੇਂ ਆਪਾਂ ਕਹਿੰਦੇ ਆ ਪੂਰਾ ਮੂੰਹ ਬੱਲਾ ਵਾ ਪੈਰ ਜਿਹੜੇ ਮੂਹਰ ਲਏ ਨੇ ਉਹ ਉੱਤੇ ਤੱਕ ਚਿੱਟੇ ਨੇ ਮਗਲੇ ਪੈਰ ਵੀ ਉੱਤੇ ਤੱਕ ਚਿੱਟੇ ਨੇ ਪੂਛ ਪੂਰੀ ਚਿੱਟੀ ਆ ਉਹ ਜਿਹੜਾ ਬੱਚਾ ਆਪਾਂ ਪਿਓਰ ਨਹੀਂ ਮੰਨਦੇ ਜਾਂ ਜਿਹਦੇ ਕਈ ਵਾਰੀਆਂ ਟੇਡੇ ਟੱਕ ਆ ਜਾਂਦੇ ਸਰੀਰ ਦੇ ਉੱਪਰ ਉਹ ਥੋੜਾ ਜਾਨੀ ਕਿ ਕ੍ਰੋਸ ਬ੍ਰੀਡ ਤੇ ਚਲੋ ਚਲੇ ਆ ਜਾਂਦਾ ਵਾ ਯਾਨੀ ਕਿ ਉਹ ਬੱਚੇ ਆ ਜਿਹੜੇ ਉਹ ਨੀਲੀ 라ਵੀ ਦੇ ਵਿੱਚ ਜਿਹੜੇ ਨਹੀਂ ਆਉਂਦੇ ਕਿਉਂ ਬਹੁਲੇ ਜਿਆਦੇ ਓਵਰ ਵਾਈਟਨੈਸ ਵਿੱਚ ਹੋ ਜਾਂਦੇ ਜਿਹੜੇ ਥੋੜੀ ਵਾਈਟਨੈਸ ਹੈ ਨਾ ਜਿਨ੍ਹਾਂ ਦੇ ਮੱਥੇ ਦੇ ਵਿੱਚ ਯਾਨੀ ਕੀ ਆਪਾਂ ਕਹਿੰਦੇ ਨੇ ਵੀ ਚਾਰ ਵਾਲ ਵੀ ਚਿੱਟੇ ਆ ਉਹ ਸਹੀ ਕੀ ਉਹ ਨੀਲੀ 라ਵੀ ਆ ਜਾਂਦਾ ਉਹਦੇ ਗਾਂਜਰੋ ਬੱਚਾ ਤਰ੍ਹਾਂ ਹੋਗੇ ਨਾ ਪੂਰਾ ਵਧੀਆ ਆ ਜਾਊਗਾ ਤੇ ਜਿਵੇਂ ਹੁਣ ਆ ਬੱਚਾ ਤੁਸੀਂ ਵੇਖ ਸਕਦੇ ਹੋ ਪੂਰਾ ਬਹੁਤ ਵੇਖੋ ਮੂਰਲੇ ਖੋਰੇ ਦੇ ਚਿੱਟੇ ਨਹੀਂਗੇ ਮੱਥਾ ਪੂਰਾ ਚਿੱਟਾ ਮਗਰਲੇ ਪੈਰ ਪੂਰੇ ਚਿੱਟੇ ਮਗਰਲੇ ਪੈਰ ਯਾਨੀ ਕੀ ਸਹੀ ਨੀਦੀ 라ਵੀ ਦੇ ਵਿੱਚ ਚਿੱਟੇ ਆ ਜਾਂਦੇ ਆ ਇਹ ਬੱਚਾ ਜਿਹੜਾ ਪਿਓਰ ਆ ਇਹਨੂੰ ਆਪਾਂ ਪਿਓਰ ਕਹਿ ਸਕਦੇ ਵੇਖੋ ਬੱਚੇ ਦੀ ਯਾਨਕੀ ਕੁਆਲਟੀ ਵੇਖੋ ਪੂਰੀ ਵਧੀਆ ਕੁਆਲਟੀ ਦੇ ਵਿੱਚ ਆ ਤੇ ਬਾਕੀ ਧੰਨਵਾਦ ਜੀ ਵੀਡੀਓ ਵੇਖਣ ਲਈ ਵਧੀਆ ਲੱਗਿਓ ਲਾਈਕ ਕਰਿਓ ਤੇ ਸ਼ੇਅਰ ਜਰੂਰ ਕਰਕੇ ਜਾਇਓ ਧੰਨਵਾਦ ਜੀ ਵੀਡੀਓ ਵੇਖਣ